ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਦਲਵੀਰ ਗੋਲਡੀ ਦੇ ਮੂੰਹ ਤੇ ਭਗਵੰਤ ਮਾਨ ਨੇ ਇੱਕ ਅਜਿਹੀ ਗੱਲ ਦੱਸੀ ਜਿਸ ਤੋਂ ਬਾਅਦ ਸਾਰੇ ਹੀ ਲੋਕ ਹੱਸਣ ਲੱਗ ਪਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਥੇ ਲਗਾਤਾਰ ਹਾਸੇ ਠੱਠਿਆਂ ਲਈ ਜਾਣੇ ਜਾਂਦੇ ਨੇ ਆਪਣੀਆਂ ਰੈਲੀਆਂ ਚੋਂ ਜਲਸਿਆਂ ਦੇ ਵਿੱਚ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਹੀ ਵਰਕਰਾਂ ਦੇ ਨਾਲ ਕਈ ਵਾਰੀ ਹਾਸਾ ਕਰ ਲੈਂਦੇ ਨੇ ਤੇ ਉੱਥੇ ਹੀ ਦੂਸਰੇ ਵਿਰੋਧੀ ਧਿਰ ਦੀਆਂ ਕੁਝ ਅਜਹੀਆਂ ਗੱਲਾਂ ਦੱਸਦੇ ਨੇ ਜਿਸ ਤੋਂ ਬਾਅਦ ਸਾਰੇ ਵਰਕਰ ਤੇ ਲੋਕ ਜਿਹੜੇ ਨੇ ਹੱਸ-ਹੱਸ ਕੇ ਕੰਮਲੇ ਹੋ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਈ ਵਾਰੀ ਆਪਣਿਆਂ ਤੇ ਅਜਿਹੇ ਜੋਕ ਲਾ ਦਿੰਦੇ ਨੇ ਜਿਸ ਤੋਂ ਬਾਅਦ ਸਾਰੇ ਹੀ ਹੱਸਦੇ ਨੇ ਇਸ ਦੌਰਾਨ ਆਪਣੀ ਹੀ ਪਾਰਟੀ ਦੇ ਵਿੱਚ ਨਵੇਂ-ਨਵੇਂ ਸ਼ਾਮਲ ਹੋਏ ਦਲਵੀਰ ਸਿੰਘ 골ਡੀ ਜੋ ਕਿ ਸਾਬਕਾ ਐਮਐਲਏ ਧੂਰੀ ਤੋਂ ਨੇ ਹਾਲਾਂਕਿ ਉਹਨਾਂ ਨੇ ਮੂੰਹ ਤੇ ਅਜਿਹੀ ਗੱਲ ਕਹੀ ਜਿਸ ਤੋਂ ਬਾਅਦ 골ਡੀ ਵੀ ਹੱਸਣ ਲੱਗ ਪਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਸੀ ਗੱਲ ਸੁਣਾਈ ਜਿਸ ਤੋਂ ਬਾਅਦ ਸਾਰੇ ਹੀ ਹੱਸਣ ਲੱਗ ਪਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਗੋਲਡੀ ਨੇ ਐਲਾਨ ਕੀਤਾ ਸੀ ਕਿ ਮੈਂ ਨੰਗੇ ਪੈਰੀ ਕੈਂਪੇਨ ਕਰਾਂਗਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਰ ਮੈਂ ਕਿਹਾ ਕਿ ਚੋਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਵੇਖੀ ਕਿਤੇ ਗੋਲਡੀ ਠੰਡ ਨਾ ਲਗਵਾ ਲਈ ਆਖਰਕਾਰ ਗੋਲਡੀ ਇੱਕ ਅਜਿਹਾ ਮਿਹਨਤੀ ਬੰਦਾ ਹੈ ਜੋ ਕੰਮ ਕਰਨ ਦੀ ਇੱਛਾ ਰੱਖਦਾ ਹੈ ਪਰ ਇਹ ਕਹਿੰਦਾ ਹੈ ਕਿ ਮੇਰੀ ਪਾਰਟੀ ਮੈਨੂੰ ਕੰਮ ਨਹੀਂ ਕਰ ਦਿੰਦੀ ਹੈ ਫਿਰ ਮਿਹਨਤੀ ਲੋਕਾਂ ਨੂੰ ਆਮ ਆਦਮੀ ਪਾਰਟੀ ਅੱਗੇ ਜ਼ਰੂਰ ਲੈ ਕੇ ਆਉਂਦੀ ਹੈ ਸੋ ਗੱਲ ਕਰੀਏ ਜਿੱਥੇ ਦਲਵੀਰ ਸਿੰਘ ਗੋਲਡੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਆਪਾਂ ਸੱਦਾ ਦਿੱਤਾ ਇਹ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਹੈ ਕੰਮ ਕਰਨ ਦੀ ਜਿਹੜੀ ਹੈ ਪੂਰੀ ਖੁੱਲ੍ਹ ਦਿੱਤੀ ਹੋਈ ਹੈ ਆਪਣੇ ਹਲਕੇ ਦੇ ਵਿੱਚ ਖੁੱਲ੍ਹ ਕੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਜਿਹੜੇ ਯੂਨੀਵਰਸਿਟੀ ਚੋਂ ਨਿਕਲੇ ਹੋਏ ਨੇ ਜੁਮੀਤ ਹੇਰਵੀ ਯੂਨੀਵਰਸਿਟੀ ਦੇ ਵਿੱਚ ਹੈ ਯੂਥ ਵਿੰਗ ਦਾ ਪ੍ਰਧਾਨ ਰਹਿ ਰਾਜਨੀਤੀ ਦੀ ਸਮਝ ਹੈ ਯੂਨੀਵਰਸਿਟੀ ਰਾਜਨੀਤੀ ਦੇ ਵਿੱਚੋਂ ਇਹ ਲੋਕ ਨਿਕਲੇ ਹੋਏ ਨੇ ਮਾਲਬਿੰਦਰ ਸਿੰਘ ਕਾਂਗੜਾ ਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਲੜ ਰਹੇ ਨੇ ਉਹ ਵੀ ਯੂਨੀਵਰਸਿਟੀ ਦੇ ਵਿੱਚੋਂ ਨੇ ਹਾਲਾਂਕਿ ਇਹ ਉਹ ਉਹ ਜਿਹੜੇ ਚੰਗਿਆੜੇ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਰਾਜਨੀਤੀ ਬਾਰੇ ਪੜ੍ਹਿਆ ਰਾਜਨੀਤੀ ਬਾਰੇ ਸਿੱਖਿਆ ਤੇ ਆਖਰ ਰਾਜਨੀਤੀ ਦੇ ਵਿੱਚੋਂ ਹੀ ਇਹ ਲੋਕ ਇੱਥੋਂ ਤੱਕ ਪਹੁੰਚੇ ਨੇ ਮਿਹਨਤੀ ਲੋਕ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਮਿਹਨਤ ਨੂੰ ਹੀ ਜੜਾ ਪਹਿਲ ਦਿੱਤੀ ਹੈ ਹਾਲਾਂਕਿ ਜੇ ਗੱਲ ਕਰੀਏ ਦਲਵੀਰ ਗੋਲਡੀ ਨੇ ਆਮ ਆਦਮੀ ਪਾਰਟੀ ਪਾਰਟੀ ਨੂੰ ਜੁਆਇਨ ਕਰ ਲਿਆ ਉਸ ਤੋਂ ਬਾਅਦ ਕਾਫੀ ਲੋਕ ਜਿਹੜੇ ਨੇ ਦਲਵੀਰ ਗੋਲਡੀ ਦੇ ਨਾਲ ਆਮ ਆਦਮੀ ਪਾਰਟੀ ਦੇ ਚ ਸ਼ਾਮਲ ਹੋ ਚੁਕੇ ਨੇ ਆਖਰਕਾਰ ਕਾਂਗਰਸ ਦੇ ਨਾਲ ਨਾਰਾਜ਼ਗੀ ਤੋਂ ਬਾਅਦ ਦਲਵੀਰ ਸਿੰਘ ਗੋਲਡੀ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੀ ਮੋਡਲੀ ਮੈਂਬਰਸ਼ਿਪ ਤੋਂ ਕਾਂਗਰਸ ਦੇ ਅਸਤੀਫਾ ਦੇ ਦਿੱਤਾ ਹੈ ਦਲਵੀਰ ਗੋਲਡੀ ਨੇ ਤੇ ਹੁਣ ਦਲਵੀਰ ਗੋਲਡੀ ਆਪ ਦੇ ਹੋ ਚੁਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੋ ਚੁਕੇ ਨੇ ਜਿਸ ਤੋਂ ਬਾਅਦ ਹਰ ਇੱਕ ਰੈਲੀ ਹਰ ਇੱਕ ਜਲਸੇ 'ਚ ਜਾਣਾ ਦਲਵੀਰ ਗੋਲਡੀ ਦਾ ਜਿਹੜਾ ਜ਼ਰੂਰੀ ਹੈ ਸੋ ਆਖਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਲਵੀਰ ਗੋਲਡੀ ਨੂੰ ਆਪਣੇ ਨਾਲ ਰੱਖਦੇ ਨੇ ਦਲਵੀਰ ਗੋਲਡੀ ਜਿਹੜਾ ਹੈ ਉਹ ਆਪ ਦੇ ਹਰ ਇੱਕ ਚੋਣ ਮੈਦਾਨ ਦੇ ਵਿੱਚ ਨਜ਼ਰ ਆਉਂਦੇ ਨੇ ਤੋਂ ਨਾਲ ਹੀ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਵਰਕਰਾਂ ਨੂੰ ਭਾਰੀ ਉਤਸ਼ਾਹ ਦਿੰਦੇ ਹੋਏ ਮੁੱਖ ਮੰਤਰੀ ਨਜ਼ਰ ਆਏ 13 ਜ਼ੀਰੋ ਦੀ ਗੱਲ ਕਰਦੇ ਹੋਏ ਨਜ਼ਰ ਆਏ ਗੁਰਮੀਤ ਸਿੰਘ ਮੀਤ ਹੇਰ ਦੇ ਹੱਕ ਦੇ ਵਿੱਚ ਲੋਕਾਂ ਨੂੰ ਭੁਗਤਣ ਦੀ ਗੱਲ ਕਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਇਸ ਵਾਰ ਆਪਣਾ ਫਤਵਾ ਜਿਹੜਾ ਹੈ ਉਹ ਮੀਤ ਹੇਰ ਦੇ ਹੱਕ ਦੇ ਵਿੱਚ ਸੁਣਾਉਣਗੇ ਮੀਤ ਹੇਰ ਨੂੰ ਜਿਹੜਾ ਹੈ ਵੱਡੀ ਲੀਡ ਦੇ ਨਾਲ ਲੋਕੀ ਜਿਤਾਉਣਗੇ ਇਹ ਗੱਲ ਖੁਦ ਮੁੱਖ ਮੰਤਰੀ ਨੇ ਕਹਿਣਾ ਕੀਤੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਭਗਵੰਤ ਮਾਨ ਦੀ ਜਗ੍ਹਾ ਰਾਗਵ ਚੱਡਾ ਹੋਣਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਜੇਲ੍ਹ ਜਾਣ ਤੋਂ ਪਹਿਲਾਂ ਕੇਜਰੀਵਾਲ ਨੇ ਇੱਕ ਅੰਦਰਲੀ ਗੱਲ ਦੱਸੀ ਹੈ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਹੈ ਦਰਸਲ ਸਿਆਸੀ ਹਲਕਿਆਂ ਦੇ ਵਿੱਚ ਇਹ ਅਫਵਾਹ ਚੱਲ ਰਹੀ ਸੀ ਕਿ ਜੂਨ 4 ਜੂਨ ਤੋਂ ਬਾਅਦ ਪੰਜਾਬ ਸਰਕਾਰ ਡਿੱਗ ਜਾਵੇਗੀ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਰਾਗਵ ਚੱਡਾ ਨੂੰ ਨਵਾਂ ਸੀਐਮ ਬਣਾਇਆ ਜਾਵੇਗਾ ਅਰਬਿੰਦ ਕੇਜਰੀਵਾਲ ਨੇ ਅਜਿਹੀਆਂ ਸਾਰੀਆਂ ਚਰਚਾਵਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਹੈ ਕਿ ਭਾਜਪਾ ਵੱਲੋਂ ਫਲਾਈ ਗਈ ਸਿਰਫ ਅਫਵਾਹ ਹੈ ਮੁੱਖ ਮੰਤਰੀ ਅਰਬਿੰਦ ਕੇਜਰੀਵਾਲ ਨੇ ਕਿਹਾ ਪੰਜਾਬ ਸਰਕਾਰ ਨੂੰ ਡੇਗਣ ਦੀ ਗੱਲ ਭਾਜਪਾ ਵੱਲੋਂ ਫਲਾਈ ਗਈ ਅਫਵਾਹ ਹੈ ਅਜਿਹਾ ਦੂਰ ਦੂਰ ਤੱਕ ਨਹੀਂ ਹੋ ਸਕਦਾ ਭਗਵੰਤ ਮਾਨ ਹਰਮਨ ਪਿਆਰੇ ਮੁੱਖ ਮੰਤਰੀ ਨੇ ਇਸ ਵਿੱਚ ਰਾਗਵ ਚੱਡਾ ਦੀ ਕੋਈ ਭੂਮਿਕਾ ਨਹੀਂ ਹੈ ਇਹ ਝੂਠੀ ਕਹਾਣੀ ਹੈ ਭਾਜਪਾ ਵਾਲਿਆਂ ਨੇ ਸ਼ਿਵਰਾਜ ਸਿੰਘ ਚੋਹਾਨ ਦਿਵਿੰਦਰ ਸਿੰਘ ਮਨੋਹਰ ਲਾਲ ਖੱਤਰ ਨੂੰ ਹਟਾ ਦਿੱਤਾ ਹੈ ਹੁਣ ਸਿਰਫ ਯੋਗੀ ਅਦਿੱਤਿਆ 나ਥ ਹੀ ਬਚੇ ਨੇ ਜੋ ਉਹਨਾਂ ਨੂੰ ਚੁਣੌਤੀ ਦੇ ਰਹੇ ਨੇ ਅਮਿਤ ਸ਼ਾਹ ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਸਾਡੇ ਕੋਲ 117 ਚੋਂ 92 ਵਿਧਾਇਕ ਨੇ ਉਹਨਾਂ ਦੀ ਕੀ ਯੋਜਨਾ ਹੈ ਕਿ ਉਹ ਉੱਥੇ ED ਅਤੇ CBI ਭੇਜਣਗੇ ਜਾਂ ਪੰਜਾਬ ਦੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨਗੇ ਮੈਂ ਅਮਿਤ ਸ਼ਾਹ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਲੋਕਾਂ ਤੋਂ ਪਿਆਰ ਨਾਲ ਮੰਗਿਆ ਹੁੰਦਾ ਤਾਂ ਉਹ ਇੱਕ ਦੋ ਸੀਟਾਂ ਦੇ ਵੀ ਦਿੰਦੇ ਪਰ ਉਹ ਧਮਕੀ ਤੇ ਆਏ ਨੇ ਜਿਸ ਦਾ ਪੰਜਾਬ ਜਿਹੜਾ ਹੈ ਜਵਾਬ 1 ਜੂਨ ਨੂੰ VOTING ਦੇ ਦਿਨ ਵਾਲੇ ਦਿਨ ਦੇ ਦੇਗਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਹੈ ਕਿ ਆਖਰ ਲੋਕ ਇਸ ਦਾ ਜਵਾਬ ਜਿਹੜਾ ਹੈ ਜ਼ਰੂਰ ਦੇਣਗੇ ਉਧਰ ਦੂਜੇ ਪਾਸੇ ਗੱਲ ਕਰਾਂਗੇ ਜਿੱਥੇ ਕਿਸਾਨ ਅੰਦੋਲਨ ਦੌਰਾਨ ਮੰਨੀਆਂ ਗਈਆਂ ਲਾਗੂ ਕਰਾਉਣ ਅਤੇ ਹੋਰ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ਲਈ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਮੌਕੇ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਦੇ ਬਾਡਰਾਂ ਦੇ ਦੀਵਾਰਾਂ ਕਰਨ ਅਤੇ ਸੜਕਾਂ ਤੇ ਕਿੱਲਾਂ ਆਦ ਗੱਡਣ ਮਗਰੋਂ ਸੰਬੂ ਤੇ ਢਾਬੀ ਗੁਜਰਾ ਸਮੇਤ ਦੋ ਹੋਰ ਬਾਡਰਾਂ ਤੇ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੇ 2 ਜੂਨ ਨੂੰ ਇਨ੍ਹਾਂ ਬਾਡਰਾਂ ਤੇ ਮੁਰ ਤੋਂ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਹੈ ਇਸ دوران ਸੰਘਰਸ਼ ਦੀ اگلی ਰਣਨੀਤੀ ਉਲੀਕੀ ਜਾਵੇਗੀ ਜਿਕਰ ਜੋ ਹੈ ਕਿ 110 ਦਿਨਾਂ ਤੋਂ ਇਹ ਸੰਘਰਸ਼ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ਦੀ ਮੁੱਖ ਤੌਰ ਤੇ ਅਗਵਾਈ ਸਰਬਣ ਸਿੰਘ ਪੰਦੇਰ, ਜਗਜੀਤ ਸਿੰਘ ਡੱਲੇਵਾਲ, surjeet phool, ਅਭਿਮੰਨੀਓ, ਜਸਵਿੰਦਰ ਲੋਂਗੋਵਾਲ, ਮਨਜੀਤ ਰਾਏ, ਮਨਜੀਤ ਕੁਮਾਣਾ, ਅਮਰਜੀਤ ਮੌੜੀ ਅਤੇ ਜੰਗ ਸਿੰਘ ਪਟੇੜੀ ਆਦਿ ਵੱਲੋਂ ਕੀਤੀ ਜਾ ਰਹੀ ਹੈ। ਇਹਨਾਂ ਵੱਲੋਂ ਸ਼ੰਭੂ ਬਾਰਡਰ ਤੇ ਪਹਿਲਾ ਮਹਿਲਾ ਦਿਵਸ ਅਤੇ ਸ਼ਹੀਦ ਦੇ ਸ਼ਹੀਦ ਭਗਤ ਸਿੰਘ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਸਮੇਤ ਹੋਰ ਮੌਕਿਆਂ ਤੇ ਵੀ ਵੱਡੇ ਇਕੱਠ ਕੀਤੇ ਗਏ ਨੇ ਜਦ ਕਿ ਹੁਣ ਪੈ ਰਹੀ ਅਤ ਦੀ ਗਰਮੀ ਦੌਰਾਨ 2 ਜੂਨ ਨੂੰ ਮੁੜ ਪੰਜਾਬ ਦੇ ਹੋਰ अनेका ਕਿਸਾਨ ਵੀ ਇੱਕ ਵਾਰ ਫਿਰ ਸ਼ੰਭੂ ਸਮੇਤ ਹੋਰ ਨਾ ਬਾਰਡਰਾਂ ਵੱਲ ਵਹੀਰਾ ਕੱਤ ਸਕਦੇ ਨੇ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਸਰਬਣ ਪੰਧੇਰ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ 4 ਜੂਨ ਨੂੰ ਸਰਕਾਰ ਭਾਵੇਂ ਜਿਸ ਦੀ ਮਰਜ਼ੀ ਬਣੇ ਪਰ ਮੰਗਾਂ ਦੀ ਪੂਰਤੀ ਤੱਕ ਇਹ ਐਲਾਨ ਇਹ ਇੱਕ ਕਿਸਾਨ ਅੰਦੋਲਨ ਜਿਹੜਾ ਹੈ ਬਿਲਕੁਲ ਜਾਰੀ ਰਹੇਗਾ ਇਸ ਅੰਦੋਲਨ ਦੇ ਵਿੱਚ ਹਰ ਇੱਕ ਨੂੰ ਸ਼ਾਮਲ ਹੋਣ ਦੀ ਜਿਹੜੀ ਹੈ ਉਹਨਾਂ ਨੇ ਗੱਲ ਕਹੀ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਅੱਗ ਨੇ ਖੋਇਆ ਦਰਜਨਾ ਪਰਿਵਾਰਾਂ ਦਾ ਰੋਜ਼ਗਾਰ ਜੀ ਹਾਂ ਜਿੱਥੇ ਕਾਫ ਉਸ ਨੂੰ ਸਾੜਨ ਲਈ ਲਾਈ ਗਈ ਅੱਗ ਨੇ ਅੱਜ ਥੇ ਰੈਡੀਮੇਡ ਕੱਪੜੇ ਦੀਆਂ ਬਣਾਈਆਂ ਆਰਜੀ ਦੁਕਾਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਸ ਘਟਨਾ ਦੇ ਕਰੀਬ 15 ਪਰਿਵਾਰ ਦੀ ਰੋਜੀ ਰੋਟੀ ਜਿਹੜੀ ਆ ਖੋਈ ਗਈ ਹੈ ਤੇ ਦੁਪਹਿਰ ਵੇਲੇ ਹੋਈ ਛੋਟੀ ਜੀ 12 ਦਰੀ ਚ ਸਥਿਤ ਬਿਆਨ ਸਿੰਘ ਦੇ ਬੁੱਤ ਵਾਲੇ ਚੋਂ ਕੋਲ ਵਾਪਰੀ ਇਸ ਵਿੱਚ ਦੁਕਾਨਦਾਰਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਪਟਿਆਲਾ ਦੇ ਵਿੱਚ ਜਿੱਥੇ ਭਿਆਨਕ ਅੱਗ ਨੇ ਤੇ ਲਗਾਤਾਰ ਕਹਿਰ ਮਚਾਇਆ ਤੇ ਆਖਰ ਉਸ ਤੋਂ ਬਾਅਦ ਘਟਨਾ ਦੇ ਪੀੜਤ ਦੁਕਾਨਦਾਰਾਂ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਕੋਲੋਂ ਹੋਏ ਨੁਕਸਾਨ ਦੀ ਪਰਪਾਈ ਦੀ ਮੰਗ ਵੀ ਕੀਤੀ ਹੈ। ਘਟਨਾ ਮਗਰੋਂ ਉਥੋਂ ਦੇ ਉਮੀਦਵਾਰ ਪ੍ਰਨੀਤ ਕੌਰ, ਡਾਕਟਰ ਧਰਮਵੀਰ ਗਾਂਧੀ ਅਤੇ ਐਨ.ਕੇ ਸ਼ਰਮਾ ਸਣੇ ਇਲਾਕੇ ਦੇ ਵਿਧਾਇਕ ਅਜੀਤਪਾਲ ਕੋਲੀ ਨੇ ਵੀ ਘਟਨਾ ਸਥਾਨ ਦਾ ਦੌਰਾ ਕਰਕੇ ਪੀੜਤ ਦੁਕਾਨਦਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ।